ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇੱਕ ਹੋਰ ਜੋ ਭਰਤੀ ਆਊਟ ਕੀਤੀ ਗਈ ਹੈ ਜੋ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਸਐਸ ਨਗਰ ਵੱਲੋਂ ਜੋ ਭਰਤੀ ਆਊਟ ਕੀਤੀ ਗਈ ਹੈ ਡਰਾਈਵਰ ਦੀਆਂ ਪੋਸਟਾਂ ਨੇ ਸਭ ਤੋਂ ਪਹਿਲਾਂ ਆਪਾਂ ਇਸ ਲਿਮਟ ਦੀ ਗੱਲ ਕਰੀਏ ਇਸ ਲਿਮਟ ਰੱਖੀ ਗਈ 18 ਤੋਂ ਲੈ ਕੇ 37 ਸਾਲ ਬਾਕੀ ਜੋ ਰਿਜ਼ਰਵਡ ਕੈਟਾਗਰੀ ਚੋ ਇਸ ਰਿਲੇਕਸ਼ਨ ਜੋ ਵੀ ਪੰਜਾਬ ਗਵਰਨਰ ਰੂਲਸ ਨੇ ਉਹਨਾਂ ਅਨੁਸਾਰ ਦਿੱਤਾ ਜਾਵੇਗਾ ਇਸ ਤੁਹਾਡੀ ਕਾਊਂਟ ਵਿੱਚ 1 2023 ਨੂੰ ਅਕਾਊਂਟ ਕੀਤੀ ਜਾਵੇਗੀ ਕੁਆਲਿਫੀਕੇਸ਼ਨ ਤੇ ਐਕਸਪੀਰੀਅੰਸ ਦੀ ਗੱਲ ਕਰੀਏ 1 اپنی ਚਾਹੀਦੀ ਠੀਕ ਹੈ ਪੰਜਾਬੀ ਐਜ਼ ਵਨ ਆਫ ਦਾ ਸਬਜੈਕਟ ਇੱਕ ਤੁਹਾਡਾ ਪੰਜਾਬੀ ਵਿੱਚ ਜੋ ਸਬਜੈਕਟ ਹੁੰਦਾ ਜਿਹੜਾ 10ਵੀਂ ਵਿੱਚ ਐਪਲੀਕੈਂਟ ਤੁਹਾਡੇ ਕੋਲ ਜੋ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਲਾਈਟ ਮੋਟਰ ਵਹੀਕਲ ਐਲ ਐਮ ਵੀ ਇਸ ਵਿੱਚ ਤੁਹਾਡਾ ਜੋ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਤੇ ਤੁਹਾਡੇ ਤੇ ਕੋਈ ਵੀ ਇਸ ਆਪਣਾ ਕਹ ਲਈ ਐਨੀ ਕ੍ਰੀਮੀਕਲ ਕੇਸ ਕੋਈ ਵੀ ਪੇਂਟਿੰਗ ਨਹੀਂ ਹੋਣਾ ਚਾਹੀਦਾ ਕੋਟ ਜੋ ਠੀਕ ਹੈ ਡਰਾਈਵਿੰਗ ਐਂਡ ਜੋ ਨਾਟ ਬਿਨ ਜੋ ਠੀਕ ਹੈ ਤੁਹਾਡੇ ਤੇ ਜੋ ਵੀ ਕ੍ਰੀਮੀਕਲ ਜੋ ਆਪਣਾ ਕਹ ਲਈ ਕੋਟ ਵਿੱਚ ਨਹੀਂ ਹੋਣਾ ਚਾਹੀਦਾ ਜੋ ਵੀ ਹੈਗਾ ਨਾਟ ਮੈਂ ਇੱਥੇ ਮੈਂਸ਼ਨ ਕੀਤਾ ਹੈ ਤੇ ਉਸ ਵਾਰ ਐਪਲੀਕੇਟ ਤੁਹਾਡੇ ਕੋਲ ਜੋ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਡਰਾਈਵਿੰਗ ਆਫ ਐਨੀ ਲਾਈਟ ਮੋਟਰ ਵਹੀਕਲ ਵਿੱਚ ਐਲ ਐਮ ਵੀ ਤੇ ਸਾਰਾ ਕੁਝ ਇੱਥੇ ਦੇਖ ਸਕਦੇ ਹੋ ਠੀਕ ਹੈ ਤੁਹਾਡੀ ਕੁਆਲਿਫਿਕੇਸ਼ਨ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਥੱਲੇ ਸਕਰੋਲ ਕਰੋਗੇ ਇੱਥੇ ਦੇਖੋ ਨੈਕਸਟ ਯਰ ਬੀ ਹੋ ਗਿਆ ਠੀਕ ਹੈ ਡਰਾਈਵਿੰਗ ਦਾ ਐਕਸਪੀਰੀਅੰਸ ਵਗੈਰਾ ਜੋ ਹੋਏਗਾ ਇਹ ਵੀ ਤੁਸੀਂ ਲੈ ਕੇ ਜਾਣਾ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਵਿੱਚ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿੱਪ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰ ਲੈਣੇ ਆ ਜੋ ਜਰਨਲ ਸਪੋਰਟਸ ਕੈਟਾਗਰੀ ਵਾਸਤੇ ਰੱਖੀ ਗਈ ਹੈ 1000 ਰੁਪਿਆ ਫੀਸ ਬਾਕੀ ਜੋ ਈ ਡਬ ਕੀ ਦਿੱਤਾ ਗਿਆ ਚੈੱਕ ਕਰ ਸਕਦੇ ਹੋ ਸਾਰਾ ਕੁਝ ਬਾਕੀ ਇਨਫਰੈਕਸ਼ਨ ਦਿੱਤੀਆਂ ਥੱਲੇ ਪੜ ਲੈਣਾ ਠੀਕ ਹੈ ਅਪਲਾਈ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਅਪਲਾਈ ਕਰਨਾ ਉਸ ਪਰ ਸੈਲਰੀ ਤੁਹਾਡੀ ਰਹੇਗੀ ਪੇ ਸਕਿੱਲ ਦੀ ਗੱਲ ਕਰੀ 7 ਜੋ ਸੈਂਟਰ ਤੇ ਕਮਿਸ਼ਨ ਅਕਾਊਂਟਿੰਗ ਤੁਹਾਡੀ ਸੈਲਰੀ ਰਹੇਗੀ 21700 ਰੁਪਏ ਪ੍ਰਤੀ ਮਹੀਨਾ ਤਨਖਾਹ ਰਹੇਗੀ ਉਸ ਪਰ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਡਰਾਈਵਿੰਗ ਸਕਿੱਲ ਟੈਸਟ ਹੋਵੇਗਾ ਅਸੈਸਮੈਂਟ ਆਫ ਜਰਨਲ ਐਪਟੀਟਿਊਡ ਇਹ ਤੁਹਾਡਾ ਜੋ ਠੀਕ ਸਿਲੈਕਸ਼ਨ ਜੋ ਕ੍ਰਾਈਟੇਰੀਆ ਹੈ ਹਾਊ ਟੂ ਅਪਲਾਈ ਅਪਲਾਈ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਹੈ ਜੋ ਨੈਕਸਚਰ A ਵਿੱਚ ਦਿੱਤਾ ਠੀਕ ਹੈ ਐਪਲੀਕੇਸ਼ਨ ਫਾਰਮੇਸ਼ਨ ਤੁਸੀਂ ਪ੍ਰਿੰਟ ਆਊਟ ਕਢਾ ਲੈਣਾ ਤੇ ਏਕੇਗਾ ਨੈਕਸਚਰ B ਹੋ ਗਿਆ ਤੇ ਉਹ ਐਕਸਪੀਰੀਅੰਸ ਸਰਟੀਫਿਕੇਟ ਜੋ ਵੀ ਤੁਹਾਡਾ ਡੁੱਲੀ ਆਪਣਾ ਇਸ਼ੂ ਠੀਕ ਹੈ ਜੋ ਅਥਾਰਟੀ ਵਗੈਰਾ ਨੈਕਸਚਰ B ਵਿੱਚ ਦਿੱਤਾ ਉਸ ਪਰ ਐਫੀ ਡੈਪਟ ਹੋ ਗਿਆ ਕੈਂਡੀਡੇਟ ਐ ਨੈਕਸਚਰ C ਇਹ ਤੁਸੀਂ ਕਢਵਾ ਕੇ ਆਪਣੇ ਪਰ ਕੇ ਚੰਗੀ ਤਰ੍ਹਾਂ ਠੀਕ ਹੈ ਤਾਂ ਉਸ ਤੋਂ ਬਾਅਦ ਜੋ ਵੀ ਤੁਹਾਡਾ ਡਾਕੂਮੈਂਟ ਹੈ ਉਸਦੇ ਫੋਟੋ ਕਾਪੀ ਸੈਲਫ ਟੈਸਟਡ ਕਰਕੇ ਜਿਵੇਂ ਇੱਥੇ ਸਾਰ ਕੋਈ ਡਾਕੂਮੈਂਟ ਲਿਖਿਆ ਨਿੱਕੜੇ ਤੁਹਾਡੀ ਡਾਕੂਮੈਂਟ ਚਾਹੀਦੀ 10ਵੇਂ ਸਰਟੀਫਿਕੇਟ ਹੋ ਗਿਆ ਡੇਟ ਆਫ ਬਰਥ ਦਾ ਸਰਟੀਫਿਕੇਟ ਐ ਜੋ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ ਰੈ residants ਜੋ ਸਰਟੀਫਿਕੇਟ ਆਉਣਾ ਜੋ ਰਿਜ਼ਰਵਡ ਕੈਟਾਗਰੀ ਦੇ ਉਹਨਾਂ ਵਾਸਤੇ ਉਹ ਸਪੋਰਟਸ ਜੋ ਪਰਸਨ ਹੈਗੇ ਉਹਨਾਂ ਵਾਸਤੇ ਜੋ ਆਪਣਾ ਸਪੋਰਟਸ ਸਰਟੀਫਿਕੇਟ ਹੋ ਗਿਆ ਇਹ ਸਾਰੀਆਂ ਤੁਸੀਂ ਫੋਟੋ ਆਪਣੀਆਂ ਜੋ 셀ਫ ਟੈਸਟਡ ਕਰ ਲੈਣਾ ਫੋਟੋਕਾਪੀਆਂ ਕਰਾ ਕੇ 셀ਫ ਟੈਸਟਡ ਕਰਕੇ ਨਾਲ ਅਟੈਚਮੈਂਟ ਕਰਕੇ ਫਾਰਮ ਦੇ ਤੇ ਨਾਲ ਤੁਹਾਡਾ ਜੋ ਵੀ ਡਿਮਾਂਡ ਡਰਾਫਟ ਹੈਗਾ ਫੀਸ ਦਾ ਠੀਕ ਉਹ ਨਾਲ ਅਟੈਚਮੈਂਟ ਕਰਕੇ ਤੇ ਉਸ ਬਾਅਦ ਥੱਲੇ ਵੇਖੋਗੇ ਨੈਕਚਰ A ਵਿੱਚ ਦਿੱਤਾ ਐਪਲੀਕੇਸ਼ਨ ਫਾਰਮ ਠੀਕ ਹੈ ਇਸ ਤੋਂ ਨੂੰ ਤੁਸੀਂ ਪ੍ਰਿੰਟ ਆਊਟ ਕਢਵਾ ਲੈਣ ਚੰਗੀ ਤਰ੍ਹਾਂ ਭਰ ਕੇ ਉਸ ਪਰ ਨੈਕਚਰ B ਹੋ ਗਿਆ ਫਿਰ ਨੈਕਚਰ C ਹੋ ਗਿਆ ਕੜਵਾ ਵਾਲਾ ਨਾਲ ਤੁਸੀਂ ਠੀਕ ਹੈ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਸਾਰਾ ਕੁਝ ਤੁਸੀਂ ਪਾੜ ਲੈਣਾ ਇੰਟਰੈਕਸ਼ਨ ਕਰ ਦਿੱਤੀਆਂ ਨੇ ਉਸ ਵਾਰ ਆਪਾਂ ਪੋਸਟਾਂ ਦੀ ਗੱਲ ਕਰੀਏ ਪੋਸਟਾਂ ਆ ਗਈਆਂ ਨੇ ਇੱਥੇ ਮੈਂਸ਼ਨ ਕੀਤਾ ਗਿਆ ਹੈ ਤੇ ਲਾਸਟ ਡੇਟ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਲਾਸਟ ਡੇਟ ਕੇ 22 2023 22 ਫਰਵਰੀ 2023 ਦੀ ਲਾਸਟ ਡੇਟ ਇਸ ਪਰਪਸ ਤੁਸੀਂ ਅਪਲਾਈ ਕਰ ਲੈਣਾ ਹੈ ਤੇ ਉਸ ਤੋਂ ਬਾਰੇ এমਪਲੋਇਮੈਂਟ ਨੋਟਿਸ ਤੇ ਦਿੱਤਾ ਹੈ ਉਸ ਪਰ ਆਪਾਂ ਜੋ ਪੋਸਟਾਂ ਦੀ ਗੱਲ ਕਰੀ ਡਰਾਈਵਰ ਦੀ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਨਰਲ ਕੈਟਾਗਰੀ ਦੇ 4 ਹੋ ਗਏ ਡਬਲ ਜੀਐਸ ਚੋ ਕੈਂਡੀਡੇਟ ਕਰਨ ਜਨਰਲ ਦੇ 2 ਪੋਸਟਾਂ ਸਪੋਰਟਸ ਪਰਸਨ ਜਨਰਲ ਦੀ ਇੱਕ ਪੋਸਟ ਆਊਟ ਕੀਤੀ ਗਈ ਟੋਟਲ ਪੋਸਟ ਆਊਟ ਕੀਤੀਆਂ ਗਈਆਂ 7 ਤੇ ਤੇ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਪੀਡੀਐਫ ਮਿਲ ਜਾਏਗਾ ਮੇਰੇ WhatsApp ਤੇ Telegram ਗਰੁੱਪ ਵਿੱਚ ਲੈਣਾ ਤੇ ਉਸ ਵਾਰ ਥੱਲੇ ਸਾਰਾ ਕੁਸ਼ਚਨ ਇਨਫਰੈਕਸ਼ਨ ਦਿੱਤੀ ਹੈ ਇਸ ਨੂੰ ਪੜ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਅਪਲਾਈ ਕਰਨਾ ਤਾਂ ਜੇਕਰ ਤੁਹਾਡੇ ਮਨ ਚ ਕੋਈ ਡਾਊਟ ਕੋਈ ਕੁਇਰੀ ਤੁਹਾਨੂੰ ਕੋਈ ਵੀ ਸਮਝ ਨਹੀਂ ਆ ਰਹੀ ਤੁਮ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਜਾਣਕਾਰੀ ਸਬ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ